ਦੋਸਤੋ, ਇਸ ਵੇਲੇ ਅਸੀਂ ਉਚਾਣਾ ਨੂੰ ਜਾਣ ਦੇ ਲਈ ਚੱਲੇ ਸੀ। ਹਰਿਆਣਾ ਪੁਲਿਸ ਵੱਲੋਂ ਇੱਥੇ ਸਾਨੂੰ ਰੋਕਿਆ ਗਿਆ। ਮੈਂ ਇੱਕ ਸਵਾਲ ਹੈ ਮੇਰਾ ਇਸ ਗੱਲ ਦੇ ਉੱਤੇ ਕਿ ਹਰਿਆਣਾ ਗਵਰਨਮੈਂਟ ਲਗਾਤਾਰ ਇਸ ਗੱਲ ਦਾ ਰੌਲਾ ਪਾਉਂਦੀ ਹੈ ਕਿ ਦਿੱਲੀ ਜਾਣਗੇ ਜੀ, ਹੋ ਹੱਲਾ ਕਰਨਗੇ, ਉੱਥੇ ਤਾਂ ਪਤਾ ਨਹੀਂ ਕੀ ਬਵਾਲ ਖੜਾ ਕਰ ਦੇਣਗੇ। ਯਾਰ, ਹੁਣ ਅਸੀਂ ਦਿੱਲੀ ਥੋੜ੍ਹੀ ਜਾ ਰਹੇ ਹਾਂ, ਹੁਣ ਅਸੀਂ ਇੱਕ ਕਿਸਾਨ ਮਹਾਂਪੰਚਾਇਤ ਕਰਨ ਵਾਸਤੇ ਉਚਾਣਾ ਜੀਂਦ ਜ਼ਿਲ੍ਹੇ ਦੇ ਅੰਦਰ ਇੱਕ ਕਸਬੇ ਦੇ ਵਿੱਚ ਪੰਚਾਇਤ ਕਰਨ ਜਾ ਰਹੇ ਹਾਂ। ਯਾਰ, ਸ਼ਾਂਤਮਈ ਸਾਡੀ ਪੰਚਾਇਤ ਆ ਔਰ ਸਾਨੂੰ ਪੰਚਾਇਤ ਨਾ ਕਰਨ ਦੇਣਾ, ਇਹ ਹਰਿਆਣਾ ਸਰਕਾਰ ਦੀ ਦਬੰਗਬਾਜ਼ੀ, ਉਹਨਾਂ ਦੀ ਗੁੰਡਾਗਰਦੀ ਇਸ ਗੱਲ ਤੋਂ ਕਲੀਅਰ ਹੁੰਦੀ ਹੈ। ਮੈਂ ਅਗਲੀ ਗੱਲ ਕਹਿਣੀ ਚਾਹੁੰਦਾ, ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਤੇ ਜਿਹੜੇ ਆਮ ਲੋਕ ਨੇ, ਜਿਹੜੀ ਪਬਲਿਕ ਆ ਸਾਡੀ, ਹੁਣ ਇਧਰਲੇ ਪਾਸੇ ਨੂੰ ਖੋ, ਇਧਰ ਇਧਰ ਜਿਹੜੀ ਆਮ ਪਬਲਿਕ ਆ ਸਾਡੀ, ਇਧਰਲੇ ਪਾਸੇ ਆਣ ਦੇਗਾ, ਉਹ ਇਹ ਗੱਲ ਕਹਿੰਦੀ ਹੈ ਕਿ ਕਿਸਾਨਾਂ ਨੇ ਸੜਕਾਂ ਰੋਕ ਲਈਆਂ, ਕਿਸਾਨ ਰਸਤਾ ਛੱਡਣ। ਅਸੀਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਸੜਕਾਂ ਅਸੀਂ ਨਹੀਂ ਰੋਕੀਆਂ। ਭਾਈ, ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਨੇ, ਹਰਿਆਣਾ ਪ੍ਰਸ਼ਾਸਨ ਨੇ ਸੜਕਾਂ ਰੋਕੀਆਂ ਨੇ। ਕਲੀਅਰ ਹੋ ਗਿਆ ਸੀ ਜਿੱਦੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਹੈ, ਉਹਦੇ ਕਲੀਅਰ ਹੋ ਗਿਆ ਸੀ। ਔਰ ਅੱਜ ਦੇਖਿਓ, ਨੋਟ ਕਰਿਓ, ਆਹ ਜਿਹੜੀ ਪੱਥਰ ਪਏ ਨੇ ਉਹ ਟਰੈਕਟਰ ਸਾਹਮਣੇ ਨਜ਼ਰ ਆ ਰਿਹਾ। ਸਾਡੇ ਇੱਕ ਕਿਸਾਨ ਤੋਂ ਮਜਬੂਰ ਕਰਕੇ ਟਰੈਕਟਰ ਮੰਗਾਇਆ ਗਿਆ ਔਰ ਇਹਨੂੰ ਪੱਥਰ ਨੂੰ ਖਿੱਚ ਕੇ ਇੱਥੇ ਲਾਉਣ ਦੀ ਤਿਆਰੀ ਕੀਤੀ ਗਈ ਆ। ਇੱਥੇ ਰੋਕਿਆ ਗਿਆ ਸਾਨੂੰ ਕਿ ਅਸੀਂ ਨਹੀਂ ਜਾਣ ਦੇਣਾ। ਤਾਂ ਮੇਰੀ ਬੇਨਤੀ ਹੈ ਕਿ ਬਈ ਆਹ ਬੈਰੀਕੇਡਿੰਗ ਕੌਣ ਕਰ ਰਿਹਾ ਹੈ? ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਸਾਡੇ ਲਈ ਸਨਮਾਨਯੋਗ ਹੈ, ਲੇਕਿਨ ਅੱਜ ਐਕਸ਼ਨ ਲੈਣਾ ਬਣਦਾ ਹੈ ਕਿ ਹਰਿਆਣੇ ਦੇ ਵਿੱਚ ਇੰਨੀ ਗੁੰਡਾਗਰਦੀ, ਲੋਕਾਂ ਦਾ ਆਪਦੀ ਆਵਾਜ਼ ਬੁਲੰਦ ਕਰਨ ਦਾ ਰਾਈਟ ਖੋਇਆ ਜਾ ਰਿਹਾ ਹੈ। ਲੋਕਾਂ ਨੂੰ ਇੱਕ ਸ਼ਾਂਤਮਈ ਕਿਸਾਨ ਮਹਾਂਪੰਚਾਇਤ ਨਹੀਂ ਕਰਨ ਦਿੱਤੀ ਜਾਂਦੀ ਔਰ ਇਹ ਖੁਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ। ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਬੰਦਾ, ਉਦੋਂ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ, ਉਹ ਪੂਰੇ ਦੇਸ਼ ਦਾ, ਉਹ ਸਭ ਦਾ। ਤੇ ਸਭ ਦੇ ਪ੍ਰਧਾਨ ਮੰਤਰੀ ਜੀ ਜਗ੍ਹਾ ਜਗ੍ਹਾ ਜਾ ਕੇ ਇਸੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਰੱਖੀ ਬੈਠੇ ਨੇ ਕਿ 7 ਕਿਸਾਨ ਪੰਚਾਇਤਾਂ ਆਮ ਲੋਕ ਪੰਚਾਇਤਾਂ ਹੋਣਗੀਆਂ। ਹੈਲੋ, 7 ਕਾਨਫਰੰਸਾਂ ਹੋਣਗੀਆਂ। ਜਿਹੜੀਆਂ 7 ਕਾਨਫਰੰਸਾਂ ਹੋਣੀਆਂ ਉਹ ਭਾਈ ਕਾਹਦੂ ਕਰ ਰਹੇ ਨੇ? ਉਹ ਤਾਂ ਸਿੱਧਾ ਸਪਸ਼ਟ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਉਸ ਕਾਨਫਰੰਸ ਨੂੰ, ਉਸ ਇਕੱਠ ਨੂੰ ਸੰਬੋਧਨ ਕਰੇ, ਕਿਉਂ ਕਰੇ ਬਈ? ਸੋ ਇਸ ਕਰਕੇ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਅੰਦੋਲਨਕਾਰੀ ਲੋਕਾਂ ਨੂੰ, ਨਿਆਂ ਪਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਦੋਸਤੋ, ਤਕੜੇ ਹੋਣਾ ਪੈਣਾ, ਬਹੁਤ ਵੱਡਾ ਹਮਲਾ ਮਾਰਨਾ ਪੈਣਾ। ਇਸ ਗੁੰਡਾਗਰਦੀ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਏਕਾ ਖੜਾ ਕਰਨਾ ਪੈਣਾ। ਔਰ ਇਹ ਮੇਰੇ ਜਿਹੜੇ ਪੱਤਰਕਾਰ ਵੀਰ ਨੇ, ਮੇਰੀ ਉਹਨਾਂ ਨੂੰ ਵੀ ਅਪੀਲ ਹੈ ਕਿ ਆਹ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ, ਪੁਲਿਸ ਖੜੀ ਹੈ, ਪੱਥਰ ਲਿਆਂਦੇ ਪਏ ਨੇ, ਉਹ ਟਰੈਕਟਰ ਆ ਜਿਹਨੂੰ ਘੜੀਸ ਕੇ ਕਿਹਾ ਵੀ ਖਿੱਚ ਕੇ ਇੱਥੇ ਪੱਥਰ ਕਰੋ ਔਰ ਸਾਨੂੰ ਰੋਕਿਆ ਹੋਇਆ। ਸੋ ਇਸ ਕਰਕੇ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੇਰੀ ਅਪੀਲ ਹੈ ਮੇਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ, ਵੀਰਾਂ ਨੂੰ, ਕਿ ਵੀ ਚੱਕੋ ਇਸ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ। ਆਵੇ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਵੀ ਪਟਲ 'ਤੇ ਆਵੇ ਗੱਲ, ਉੱਥੇ ਉਹਨਾਂ ਦੇ ਵੀ ਧਿਆਨ 'ਚ ਆਵੇ ਕਿ ਇੰਨੀ ਗੁੰਡਾਗਰਦੀ, ਜਿਹੜੇ ਕਹਿੰਦੇ ਸੀਗੇ ਕਿ ਕਿਸਾਨ ਦਿੱਲੀ ਜਾ ਕੇ ਗੁੰਡਾਗਰਦੀ ਕਰਨਗੇ, ਬਹੁਤ ਕੁਛ ਕਰਨਗੇ, ਹੁਣ ਸਾਡਾ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਹੁਣ ਤਾਂ ਸਾਡਾ ਸ਼ਾਂਤਮਈ ਇੱਕ ਕਿਸਾਨ ਮਹਾਂਪੰਚਾਇਤ ਸੀ। ਅਗਰ ਕਿਸਾਨ ਮਹਾਂਪੰਚਾਇਤ ਵੀ ਇਹਨਾਂ ਨੂੰ ਤਕਲੀਫ ਦੇ, ਇਹਦਾ ਮਤਲਬ ਇਹ ਨਿਕਲਦਾ ਦੋਸਤੋ ਕਿ ਭਾਜਪਾ ਬੁਰੀ ਤਰ੍ਹਾਂ ਘਬਰਾਹਟ ਦੇ ਵਿੱਚ ਆਈ ਹੋਈ ਹੈ, ਹੜਬੜਾਹਟ ਦੇ ਵਿੱਚ ਆਈ ਹੋਈ ਹੈ, ਹਰ ਹੱਥਕੰਡੇ ਵਰਤ ਰਹੀ ਹੈ ਔਰ ਉਹਨਾਂ ਹੱਥਕੰਡਿਆਂ ਦਾ ਖਮਿਆਜਾ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਇਹਨਾਂ ਨੂੰ ਭੁਗਤਣ ਲਈ ਮਜਬੂਰ ਕੀਤਾ, ਇਹਨਾਂ ਨੂੰ ਦਿੱਤਾ ਰਿਜ਼ਲਟ,
ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦਾ ਰਿਜ਼ਲਟ ਆਪਾਂ ਸਾਰਿਆਂ ਨੇ ਰਲ ਮਿਲ ਕੇ ਦੇਖਣਾ ਦਿਖਾਉਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਬਈ ਆਓ।